और देखिए ये लुधियाना शहर है और लुधियाना शहर का डिस्ट्रिक्ट कोर्ट है, जहाँ जहाँ पार्किंग का सिस्टम देखिए, कार तो कार जहाँ पर पैदल निकलने वाले को जगह नहीं है, देख लो की हाल है। तो मैं फोन ही कर लीजिए, मैं क्या वोट रोड। हेलो जी वकील साहब ने उन्हें भी अगर साथी ग्डी ਇੱਦਾਂ ਕਰੋ, ਪਿੱਛੇ ਕਰਾ ਗੱਡੀ ਨੂੰ ਪਹਿਲੇ, ਉਹ ਗੱਡੀ ਨੂੰ ਪਿੱਛੇ ਕਰਾ ਪਹਿਲੇ, ਨਹੀਂ ਉਹ ਪਹਿਲੇ ਅਸੀਂ ਤਾਂ ਲੰਘ ਜਾਈਏ ਨਾ, ਅਸੀਂ ਤਾਂ ਲੰਘ ਜਾਈਏ ਨਾ, ਪਿੱਛੇ ਕਰਾ ਦੇ, ਸਾਡਾ ਰਸਤਾ ਬਣਾ ਦੇ, ਸਾਡਾ ਰਸਤਾ ਬਣਾ ਦੇ। ਜਗ੍ਹਾ ਹੈ ਨਹੀਂ ਬਾਊ ਜੀ, ਮੇਰੇ ਕੋਲੇ ਚਾਬੀ ਆ ਉਹਦੀ। ਨਹੀਂ ਗੱਡੀ ਸਾਡਾ ਐਕਟਿਵਾ ਨਿਕਲ ਜਾਣਗੇ ਨਾ, ਤੁਸੀਂ ਐਕਟਿਵਾ ਇੱਧਰ ਲਾ ਲਓ। ਉਹ ਭਾਈ ਚੱਕ ਕੇ ਲਾਈ ਨਹੀਂ ਕਿਸੇ ਨੇ ਇੱਧਰੋਂ, ਅਸੀਂ ਉੱਥੇ ਲਾਣਾ ਵਾ ਕਿੱਧਰ, ਹਾਂ ਅਸੀਂ ਤਾਂ ਲੈ ਕੇ ਨਹੀਂ ਆਉਂਦੇ ਗੱਡੀ। ਹੈਲੋ ਜੀ ਵਕੀਲ, ਜ਼ਿਆਦਾ ਹੋ ਗਏ ਨੇ ਹੁਣ, ਗੱਡੀਆਂ ਵੀ ਜ਼ਿਆਦਾ ਹੋ ਗਈਆਂ ਨੇ, ਬਸ ਅਕਲ ਘੱਟ ਗਈ ਆ ਥੋੜ੍ਹੀ ਜਿਹੀ ਹੁਣ। ਦੁਸ਼ਮਣਾਂ ਦੀ ਲੋੜ ਨਹੀਂ ਹੈਗੀ, ਆਪਾਂ ਇੱਕ ਦੂਜੇ ਨੂੰ ਮਾਰ ਲਈ ਬੜੇ ਆ। ਆਹ ਦੇਖ ਲਓ ਲਾ ਲਓ, ਕਿੱਥੇ ਲਾ ਲਓ ਤੁਸੀਂ ਲਾ ਲਓ, ਅਸੀਂ ਨਿਕਲ ਜਾਂਦੇ ਪਿੱਛੇ ਹੋ ਜਾਂਦੇ ਹੈਗੇ ਆ। ਲੈ ਜਾਓ ਆ ਜਾਓ, ਉਹ ਬੰਦਾ ਪਿੱਛੇ ਕਰ ਲੈਂਦਾ ਥੋੜੇ, ਕਹਿੰਦਾ ਮੈਂ ਨਹੀਂ ਕਰਨੀ, ਉਹ ਕਹਿੰਦਾ ਇਹ ਕਹਿੰਦਾ ਮੈਂ ਨਹੀਂ ਕਰਨੀ। ਕੋਰਟ ਕਚਹਿਰੀ ਦੇ ਕੇਸ ਪੈਣੇ ਆ ਲੋਕਾਂ ਨੂੰ, ਐਦਾਂ ਖੱਜਲਵਾਰ ਵਕੀਲ ਬਣੇ ਆ। ਹੋਰ ਸਭ ਗੁਲਾਮ ਕਾਲਿਆਂ ਦਾ ਰਾਜ ਆ ਗਿਆ ਜੀ ਹੁਣ, ਕਿਧਰ ਆ ਗਿਆ ਕਾਲਿਆਂ ਦਾ ਰਾਜ ਆ ਗਿਆ ਜੀ, ਕਾਲਿਆਂ ਦਾ ਰਾਜ ਆ ਜੀ, ਗੋਰਿਆਂ ਦਾ ਰਾਜ ਚਲਿਆ ਗਿਆ, ਕਾਲਿਆਂ ਦਾ ਰਾਜ ਆ ਗਿਆ। ਜਿਹੜੇ ਕਮੀ ਛੱਡ ਕੇ ਗਏ ਸੀ ਨਾ, ਉਹ ਇਹਨਾਂ ਨੇ ਗੁੰਡੀਆਂ ਬੁੜੀਆਂ ਕਰ ਲਈਆਂ ਪੂਰੀਆਂ ਹੋ ਗਈਆਂ ਸਾਰੀਆਂ। ਆ ਗੱਡੀ ਕਿਹਨੇ ਲਈ ਇਹ? ਵਕੀਲ ਸਾਹਿਬ ਨੇ, ਸਾਰੇ ਤੇ ਵਕੀਲ ਹੀ ਨੇ, ਸਭ ਪੜ੍ਹੇ ਲਿਖੇ ਬੰਦੇ ਨੇ ਇੱਥੇ, ਇਹ ਪੜ੍ਹੇ ਲਿਖੇ ਬੰਦਿਆਂ ਦਾ ਹਾਲ ਹੈਗਾ। ਬਣਾ ਰਹੇ ਹਾਂ ਤਾਂ ਗੱਡੀ ਜਿੱਦਾਂ ਉਹ ਸਾਹਮਣੇ ਖੜਾ ਵਕੀਲ, ਕੀ ਹਾਲ ਏ? ਹਾਂ ਦੇਖ ਲਓ ਤੁਸੀਂ, ਅੱਜ ਨਾ ਛੋਟੇ ਕੈਮਰਾ ਲੈ ਕੇ ਆਏ ਹਾਂ ਅਸੀਂ, ਦੇਖ ਲਓ ਕਿਆ ਹਾਲ ਹੈ ਇੱਥੇ। ਹਾਂ ਲਓ ਜੀ, ਕਹਿੰਦੇ ਸੀ ਕਚਹਿਰੀ ਆ ਜਾਈਓ, ਮਿਲ ਲਈ ਉਹ ਆ ਕੇ। ਆਹ ਲਓ ਮਿਲਣ ਦਾ ਹਾਲ ਇੱਥੇ, ਹੈਂ ਉਹ ਪ੍ਰਧਾਨਾਂ ਨੇ ਆਪਣੇ ਬੋਰਡ ਵੀ ਲਗਵਾਤੇ ਨੇ। ਲਓ ਜੀ ਇੱਕ ਦੂਜਾ ਫਸ ਗਿਆ ਹੈ, ਇਹ ਹੋ ਰਿਹਾ ਜੀ ਨਜ਼ਾਰਾ। ਪੜ੍ਹੇ ਲਿਖੇ ਲੋਕ ਨੇ ਇੱਥੇ ਜ਼ਿਆਦਾ ਨੇ, ਉਹ ਕਹਿੰਦਾ ਮੈਂ ਨਹੀਂ ਪਿੱਛੇ ਕਰਨੀ ਐਕਟਿਵਾ, ਕਹਿੰਦਾ ਮੈਂ ਨਹੀਂ ਕਰਨੀ। ਲਓ ਜੀ ਐਕਟਿਵਾ ਲਾਉਣ ਲਈ ਵੀ ਜਗ੍ਹਾ ਨਹੀਂ ਹੈਗੀ, ਇੱਥੇ ਗੱਡੀਆਂ 'ਤੇ ਗੱਲ ਹੀ ਛੱਡੋ। ਲਓ ਜੀ ਚਾਵਲ
ਲੰਘ ਜਾ ਵੀ ਲੰਘ ਜਾ ਤੂੰ ਵੀ ਲੰਘ ਜਾ ਕੱਲ ਰੁਕੀ ਰ ਕੱਲ ਰੁਕੀ ਇਹ ਜੀ ਪਾਰਕਿੰਗ ਲਓ ਜਗ੍ਹਾ ਨਹੀਂ ਲੰਘਣ ਦੀ ਲੰਘਣ ਲਈ ਗੱਡੀਆਂ ਵਕੀਲਾਂ ਕੋਲ ਜ਼ਿਆਦਾ ਹੋ ਗਈਆਂ ਠੀਕ ਹੈ ਉਹ ਨਿਆਣੀ ਅਕਲ ਨਹੀਂ ਹੈਗੀ ਕਿਸੇ ਨੂੰ ਮੈਂ ਵੀ ਕਿਹਾ ਸੁਣੂ ਜਿਹੜਾ ਵਕੀਲ ਹੈਗਾ ਵਾ ਮੈਂ ਕਿਹਾ ਸਾਨੂੰ ਤਾਂ ਲੰਘਣ ਲਈ ਦੇ ਕਹਿੰਦਾ ਨਹੀਂ ਪਹਿਲੇ ਉਹ ਪਿੱਛੇ ਕਰੋ ਵਕੀਲ ਆ ਜੀ ਵਕੀਲਾਂ ਦਾ ਭਾਈ ਰੋਹ ਮਾਰਨਾ ਹੀ ਮਾਰਨਾ ਵਕੀਲ ਨਹੀਂ ਰੋਹ ਮਾਰੂਗਾ ਤੇ ਕੌਣ ਮਾਰੂਗਾ ਹਾਂ ਲੋ ਜੀ ਪਾਰਕਿੰਗ ਜਗ੍ਹਾ ਨਹੀਂ ਇਹਨਾਂ ਕੋਲ ਇੱਕ ਤੋਂ ਇੱਕ ਵੱਧ ਕੇ ਇੱਥੇ ਪਿਓ ਵਾਲੇ ਵਕੀਲ ਪਿਓ ਵਾਲੇ ਇੱਥੇ ਕਚਹਿਰੀਆਂ ਪਿਓ ਵਾਲੇ ਇੱਥੇ ਕੇਸ ਲੜਨ ਵਾਲੇ ਲੋਕ ਪਿਓ ਵਾਲੀ ਦੁਨੀਆ ਸਾਰਾ ਪਿਓ ਨਹੀਂ ਕੀਤਾ ਤੇ ਅਸਾਂ ਹੋਏ ਅਤੇ ਅਸਾਂ ਦੇਖ ਰਹੇ ਹਾਂ ਨਜ਼ਾਰੇ ਵਾਹ ਜੀ ਵਾਹ ਕਮਾਲ ਹੈ ਬਈ ਇੱਥੇ ਤਾਂ ਹੈਂ ਚੱਲਦੇ ਹਾਂ ਭਰਾਵਾ ਦੇਖੋ ਯਾਰ ਬੜਾ ਜਾਮ ਲੱਗਿਆ ਹੋਇਆ ਯਾਰ ਫਸਦੇ ਨਾ ਮੈਂ ਇੱਥੇ ਪਹੁੰਚ ਗਿਆ ਹੋਰ ਕੀ ਆ ਉਹ ਵਕੀਲ ਸਾਹਿਬ ਨਮਸਕਾਰ ਜੀ ਕਿਆ ਹਾਲ ਚਾਲ ਹੈ ਬੜਾ ਜਾਮ ਲੱਗਿਆ ਸਰ ਉੱਥੇ ਰਸਤੇ ਦੇ ਵਿੱਚ ਮੈਂ ਤਾਂ ਬੜਾ ਹੀ ਮੁਸ਼ਕਲ ਦੇ ਨਾਲ ਬਚਦਾ ਬਚਾਉਂਦਾ ਇੱਥੇ ਆਇਆ ਹੈਗਾ ਵਾਂ ਅਤੇ ਮੈਂ ਸੋਚਿਆ ਕਿ ਚਲੋ ਹੁਣ ਵਕੀਲ ਸਾਹਿਬ ਨੂੰ ਮਿਲ ਚੱਲੀਏ ਹੋਰ ਜੀ ਕੀ ਹਾਲ ਚਾਲ ਹੈ ਇਹ ਨਵਾਂ ਲਿਆ ਜੀ ਹਾਂ ਉਹ ਤਾਂ ਜਾਮ ਵਿੱਚ ਫਸ ਗਿਆ ਜੀ ਮੈਂ ਹਾਂ ਮੈਂ ਦਿਖਾਉਂਦਾ ਮੈਂ ਇੱਧਰ ਆਉਂਦਾ ਮੁੜ ਕੇ ਫਿਰ ਆਉਂਦਾ ਜਾਣਾ ਨਹੀਂ ਮੈਂ ਜੇ ਪ੍ਰਧਾਨ ਜੀ ਕਿੱਥੇ ਨੇ ਵਰਮਾ ਜੀ ਚੇਤਨ ਜੀ ਚੇਤਨ ਜੀ ਕੀ ਹਾਲ ਚਾਲ ਹੈ ਸਰ ਰਿਸ਼ਤੇਦਾਰ ਨਾਲ ਲੰਘਣਾ ਬੜਾ ਔਖਾ ਹੋ ਗਿਆ ਪ੍ਰਧਾਨ ਜੀ ਉਹ ਮੈਂ ਤਾਂ ਸਿਰਫ ਐਕਟਿਵ ਲੈ ਕੇ ਆਉਂਦਾ ਇੱਕ ਮੁਹੱਲੇ ਦਾ ਪਰਲੇ ਦਾ ਸੀਗਾ ਬੰਦਾ ਇਕੱਲਾ ਹੀ ਨਾ ਵੱਡੀ ਜਿਹੀ ਗੱਡੀ 'ਚ ਬੈਠਾ ਸੀਗਾ ਕਹਿੰਦੇ ਖਬਰ ਲਾਓ ਮੈਂ ਸੋਚਿਆ ਤੂੰ ਇਕੱਲਾ ਆਇਆ ਕਿਚਨ ਨਗਰ ਵੱਲੋਂ ਇਕੱਲਾ ਹੀ ਤੂੰ ਬੈਠਾ ਵਾ ਆਹ ਵੱਡੀ ਇਨੋਵਾ ਜਿੱਡੀ ਗੱਡੀ ਰੱਖੀ ਹੋਈ ਹੈ ਤੂੰ ਅਤੇ ਤੂੰ ਵੀ ਦੱਸ ਸਕਦਾ ਸੀ ਐਕਟਿਵਾ 'ਤੇ ਨਹੀਂ ਪਰਸਨੈਲਿਟੀ ਫਰਕ ਪੈਂਦਾ ਵਕੀਲਾਂ ਦੇ ਵਕੀਲ ਕਿੱਦਾਂ ਆਉਂਦਾ ਜੀ ਸਾਈਕਲ 'ਤੇ ਆਉਂਦਾ ਵਕੀਲ ਕਿੱਦਾਂ ਆਉਂਦਾ ਜੀ ਆਟੋ 'ਚ ਜਾਂਦਾ ਵਕੀਲ ਕਿੱਦਾਂ ਆਉਂਦਾ ਜੀ ਐਕਟਿਵਾ 'ਤੇ ਆਉਂਦਾ ਹੈਗਾ ਵਾ ਉਹ ਜਦ ਤੁਸੀਂ ਆਪ ਸੋਚ ਲਓ ਨੇੜੇ ਤੋਂ ਆਉਂਦੇ ਹੈਗੇ ਅਤੇ ਤੁਸੀਂ ਨਹੀਂ ਗੱਡੀ ਦੀ ਲੋੜ ਹੈ ਤੁਸੀਂ ਕਿਸੇ ਹੋਰ ਕਨਵੀਨੈਂਸ 'ਤੇ ਆ ਜਾਓ ਹੁਣ ਤਾਂ ਈ ਰਿਕਸ਼ਾ ਹੀ ਹੈਗੀਆਂ 20 ਰੁਪਏ ਦੇਖੋ ਤਾਂ 40 ਰੁਪਏ ਆਉਣ ਜਾਂਦੇ ਲੱਗਣੇ ਪਰ ਜਾਮ ਦਾ ਕੀ ਬਣੂ ਚੇਤਨ ਵਰਮਾ ਜੀ ਪ੍ਰਧਾਨ ਹੋ ਤੁਸੀਂ ਮੈਂ ਤਾਂ ਉੱਥੇ ਲੋਕ ਕਹਿੰਦੇ ਪ੍ਰਧਾਨ ਕੋਲ ਚੱਲੋ ਪ੍ਰਧਾਨ ਕੋਲ ਮੈਂ ਤੁਹਾਡਾ ਪ੍ਰਸ਼ਾਸਨ ਨੂੰ ਮੰਗਾ ਕਰ ਕਰਕੇ ਮੈਂ ਥੱਕ ਚੁੱਕਾ ਹੈਗਾ ਏਸੀ ਦਫ਼ਤਰਾਂ 'ਚ ਮੈਂ ਇਹਨਾਂ ਨੂੰ ਕਿਹਾ ਬਾਹਰ ਨਿਕਲੋ ਦੇਖੋ ਸੜਕਾਂ 'ਤੇ ਹਾਲ ਕੀ ਹੋਇਆ ਪਿਆ ਹੈਗਾ ਜ਼ਮੀਨਾਂ ਖਾਲੀ ਪਈਆਂ ਉਹਦੀ ਯੂਟੀਲਾਈਜੇਸ਼ਨ ਨਹੀਂ ਕਰ ਪਾ ਰਹੇ ਆਮ ਬੰਦਾ ਇਨਸਾਫ ਲੈਣ ਆ ਰਿਹਾ ਉਹ ਕਿੱਥੇ ਜਾਵੇ ਕਿੱਥੇ ਖੜਾਵੇ ਆਪਣਾ ਵਹੀਕਲ ਕਿੱਥੇ ਆਵੇ ਇੱਥੇ ਉਹ ਤਰੀਕ 'ਤੇ ਤਰੀਕ ਪੈ ਜਾਂਦੀ ਹੈ ਉੱਥੇ ਵਿਚਾਰਾ ਆਊਗਾ ਕਿਹਦੇ 'ਤੇ ਜਿਹਦੇ ਕੋਲ ਕਨਵੀਨੈਂਸ ਹੈ ਕੋਈ ਬਾਹਰੋਂ ਆ ਰਿਹਾ ਹੈ ਕੋਈ ਦੂਰੋਂ ਆ ਰਿਹਾ ਹੈ ਕੋਈ ਹੱਥਕੜੀ ਲਾ ਕੇ ਪੁਲਿਸ ਵਾਲੇ ਲੈ ਕੇ ਆ ਰਹੇ ਹੈ ਉਹ ਪੁਲਿਸ ਮੁਲਾਜ਼ਮ ਜਿਹੜੇ ਬਾਹਰੋਂ ਲੈ ਕੇ ਆ ਰਹੇ ਨੇ ਉਹਨਾਂ ਕੋਲ ਵੀ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੈ ਇਹ ਇਕੱਲੀ ਸਾਡੇ ਵਕੀਲਾਂ ਨੂੰ ਲੋੜ ਨਹੀਂ ਹੈ ਕੋਰਟ ਸਟਾਫ ਮੁਨਸ਼ੀ ਸਾਡੇ ਐਡਵੋਕੇਟ ਪਬਲਿਕ ਜਿਹੜੇ ਰੋਜ਼ ਇਨਸਾਫ ਲੈਣ ਆਉਂਦੇ ਸਾਰਿਆਂ ਨੂੰ ਪਾਰਕਿੰਗ ਦੀ ਲੋੜ ਹੈ ਔਰ ਜਿਹੜੇ ਜੇ ਅੱਜ ਦਫ਼ਤਰ ਏਸੀ ਦਫ਼ਤਰਾਂ 'ਚ ਬਹਿ ਕੇ ਤੁਸੀਂ ਦੇਖੋਗੇ ਤੁਹਾਨੂੰ ਕੀ ਪਤਾ ਲੱਗਣਾ ਬਾਹਰ ਕੀ ਹੋ ਰਿਹਾ ਹੈਗਾ ਇਹ ਨਿਕਲੋ ਬਾਹਰ ਦਫ਼ਤਰਾਂ 'ਚੋਂ ਨਿਕਲੋ ਮੈਂ ਡੀ ਸੀ ਸਾਹਿਬ ਨੂੰ ਕਿੰਨੀ ਵਾਰੀ ਬੇਨਤੀ ਕਰ ਚੁੱਕਿਆ ਹੈਗਾ ਡੀ ਸੀ ਸਾਹਿਬ ਨਿਕਲੋ ਆਪਣੇ ਦਫ਼ਤਰ 'ਚੋਂ ਬਾਹਰ ਅਸੀਂ ਸੈਸ਼ਨ ਜੱਜ ਸਾਹਿਬ ਨੂੰ ਵੀ ਰਿਕੁਐਸਟ ਭੇਜੀ ਹੈਗੀ ਹੈ ਉੱਥੇ ਜਾ ਕੇ ਜ਼ਮੀਨਾਂ ਮਹਿੰਗੀਆਂ ਦੀ ਗੱਲਾਂ ਨਾ ਕਰੋ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਸਰਕਾਰ ਤੋਂ ਜ਼ਮੀਨ ਲੈਣ ਦੀ ਇਹ ਉੱਥੇ ਇਤਰਾਜ਼ ਲਾ ਦਿੰਦੇ ਨੇ ਕਿ ਇਹ ਤਾਂ ਬੜੀ ਮਹਿੰਗੀ ਜ਼ਮੀਨ ਹੈ ਉਹ ਸੜਕਾਂ ਦਾ ਵੀ ਕੋਈ ਮੁੱਲ ਨਹੀਂ ਹੈਗਾ ਇਸ ਟਾਈਮ ਜਿਹੜੀ ਨੀਡ ਹੈਗੀ ਹੈ ਤੁਹਾਨੂੰ ਸਮਾਰਟ ਸਿਟੀ ਬਣ ਰਿਹਾ ਹੈਗਾ ਔਰ ਇਹਨੂੰ ਸਮਾਰਟ ਸਿਟੀ ਬਣਨ 'ਚ ਕੋਰਟਸ ਵੀ ਸਮਾਰਟ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ ਨੇ ਔਰ ਜਦੋਂ ਇਲੈਕਸ਼ਨ ਆਉਂਦੇ ਹੈਗੇ ਨੇ ਸਾਨੂੰ ਅਹੁਦੇਦਾਰ ਆ ਕੇ ਕਹਿ ਤਾਂ ਜਾਂਦੇ ਨੇ ਵੀ ਆਹ ਜੇ ਸਾਡੀ ਸਰਕਾਰ ਆਈ ਤੇ ਆਹ ਜਗ੍ਹਾ ਦੇ ਦਾਂਗੇ ਲੇਕਿਨ ਬਾਅਦ 'ਚੋਂ ਵਾਅਦਾ ਪੂਰਾ ਕਰਨ ਕੋਈ ਨਹੀਂ ਆਉਂਦਾ ਅਸੀਂ ਹੁਣ ਮਾਨਸਾ ਦੇ ਕੋਲ ਜਾਵਾਂਗੇ ਅਸੀਂ ਆਪਣਾ ਪੂਰਾ ਜਿਹੜਾ ਹੈਗਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਉਹਨਾਂ ਨੂੰ ਮੰਗ ਕਰਾਂਗੇ ਕਿ ਜਿਹੜੀ ਹੈਗੀ ਹੈ ਇਹ ਸਮੱਸਿਆ ਦਾ ਹੱਲ ਕਰੋ 2009 ਤੋਂ ਬਾਅਦ ਜਿਹੜੇ ਵਕੀਲ ਵੀ ਵਕਾਲਤ ਕਰਨਾ ਚਾਹੁੰਦੇ ਉਹਨਾਂ ਕੋਲ ਵੀ ਚੈਂਬਰ ਨਹੀਂ ਬਣਾਏ ਗਏ ਉਸ ਤੋਂ ਬਾਅਦ 2009 ਦੀ ਮੰਗਾਂ ਖੜੀਆਂ ਹੈਗੀਆਂ ਨੇ ਕਿੰਨੇ ਪੂਰੀਆਂ ਕਰਨੀਆਂ ਹੈਗੀਆਂ ਜਗ੍ਹਾ ਦੋ ਤਾਂ ਕਿ ਜਿਹੜੇ ਨਵੇਂ ਜਿਹੜੀ ਜਨਰੇਸ਼ਨ ਹੈ ਉਹ ਆਵੇ ਐਡੀ ਆਬਾਦੀ ਵੱਧ ਚੁੱਕੀ ਹੈਗੀ ਹੈ ਸਾਡੇ ਸ਼ਹਿਰ ਦੀ ਔਰ ਕੋਟਾ ਤਾਂ ਵੱਧ ਗਈਆਂ ਲੇਕਿਨ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਜ਼ੀਰੋ ਹੈਗੀਆਂ ਨੇ ਯਾਨੀ ਕਹਿ ਦਾ ਮਤਲਬ ਡੀਸੀ ਦੇ ਅੰਡਰ ਹੀ ਹੈ ਯਾਨੀ ਡੀਸੀ ਸਾਹਿਬ ਨੇ ਕਰਨਾ ਸਾਰਾ ਬਿਲਕੁਲ ਇਹ ਡੀਸੀ ਸਾਹਿਬ ਨੂੰ ਕਰਨਾ ਚਾਹੀਦਾ ਹੈਗਾ ਡੀਸੀ ਸਾਹਿਬ ਨੂੰ ਆਪਣੇ ਦਫ਼ਤਰ 'ਚੋਂ ਬਾਹਰ ਨਿਕਲ ਕੇ ਸਮੱਸਿਆ ਦੇਖਣੀ ਚਾਹੀਦੀ ਹੈਗੀ ਹੈ ਔਰ ਇਹ ਟੋਟਲ ਜਿਹੜੀ ਰਿਸਪੋਂਸੀਬਿਲਟੀ ਹੈਗੀ ਹੈ ਸਟੇਟ ਗਵਰਨਮੈਂਟ ਦੀ ਹੈਗੀ ਹੈ ਸਟੇਟ ਗਵਰਨਮੈਂਟ ਦਾ ਜਿਹੜਾ ਨੁਮਾਇੰਦਾ ਹੈਗਾ ਉਹ ਡੀਸੀ ਸਾਹਿਬ ਹੈਗੇ ਨੇ
ਡੀਸੀ ਸਾਹਿਬ ਨੂੰ ਚਾਹੀਦਾ ਇਮੀਡੀਏਟਲੀ ਇਸ ਦਾ ਹੱਲ ਕਰਨ। ਡੀਸੀ ਸਾਹਿਬ ਨੇ ਕਿਹੜੀ ਬਣਾਈ ਹੋਈ ਹੈ ਬਾਹਰ ਪਾਰਕਿੰਗ, ਉਹ ਫ੍ਰੀ ਵੀ ਕਰਤੀ, ਉੱਥੇ ਲੋਕੀ ਖੜੇ ਨਹੀਂ ਕਰਦੇ ਗੱਡੀਆਂ। ਦੇਖੋ ਉੱਥੇ ਪਾਰਕਿੰਗ ਦਾ ਠੇਕਾ ਹੀ ਨਹੀਂ ਕਿਸੇ ਨੂੰ ਦਿੱਤਾ ਗਿਆ। ਨਹੀਂ ਚਲੋ ਨਾ ਵੀ ਠੇਕਾ ਹੋਵੇ, ਗੱਡੀ ਤਾਂ ਖੜੀ ਹੋ ਸਕਦੀ ਹੈ। ਮੈਂ ਸ਼੍ਰੀਪਾਲ ਜੀ ਉਹਦੇ ਬਾਰੇ ਵੀ ਦੱਸਣਾ ਚਾਹੂੰਗਾ, ਉਹ ਪਾਰਕਿੰਗ ਵੀ ਫੁੱਲ ਹੁੰਦੀ ਹੈ। ਅੱਛਾ, ਫੁੱਲ ਹੋ ਜਾਂਦੀ ਹੈ। ਸ਼ਹਿਰ ਦਾ ਹਾਲ ਸੋਚੋ, ਜਦੋਂ ਦੀ ਆਹ ਅਦਾਲਤਾਂ ਇੱਥੇ ਆਈਆਂ ਸੀਗੀਆਂ, ਇਹ ਅਦਾਲਤਾਂ ਆਈਆਂ ਸੀ 2002-03 ਚ, ਇੱਥੇ ਜਦੋਂ ਸ਼ਿਫਟ ਹੋਈਆਂ ਸੀਗੀਆਂ 2002-03 ਤੋਂ ਲੈ ਕੇ ਹੁਣ ਤੱਕ, ਉਸ ਟਾਈਮ ਜਿਹੜੀ ਆਬਾਦੀ ਸੀਗੀ ਘੱਟੋ ਘੱਟ ਉਸ ਟਾਈਮ 10-12 ਲੱਖ ਸੀਗੀ। ਅੱਜ ਸ਼ਹਿਰ ਦੀ ਆਬਾਦੀ ਘੱਟੋ ਘੱਟ 50 ਲੱਖ ਹੈ। 50 ਲੱਖ ਦੇ ਜਦੋਂ ਅਸੀਂ ਇੱਧਰ ਆਏ ਸੀਗੇ, ਕੋਟਾਂ ਸੀਗੀਆਂ 12, ਅੱਜ ਕੋਟਾਂ ਹੈਗੀਆਂ 80 ਕੋਟਾਂ ਤਾਂ ਹੋ ਗਈਆਂ, ਲੇਕਿਨ ਫੈਸਿਲਿਟੀਆਂ ਕਿੱਥੋਂ ਦੇਵੋਗੇ ਤੁਸੀਂ? ਇਹ 12 ਕੋਟਾਂ ਦੇ ਹਿਸਾਬ ਨਾਲ ਤੁਸੀਂ ਇੱਥੇ ਕੋਟਾਂ ਲੈ ਕੇ ਆਏ ਸੀਗੇ, ਹੁਣ ਅੱਜ 80 ਕੋਟਾਂ ਹੈਗੀਆਂ ਨੇ, ਉਹਦੇ ਹਿਸਾਬ ਨਾਲ ਤੁਸੀਂ ਕੀ ਅਰੇਂਜਮੈਂਟ ਕੀਤਾ? ਕੋਈ ਅਰੇਂਜਮੈਂਟ ਨਹੀਂ ਹੈਗਾ। ਸੈਸ਼ਨ ਜੱਜ ਸਾਹਿਬ ਨੇ ਵੀ ਬੜੀ ਵਾਰੀ ਰਿਕੁਐਸਟ ਕੀਤੀ ਹੈ, ਹਾਈ ਕੋਰਟ ਨੇ ਵੀ ਰਿਕੁਐਸਟ ਕੀਤੀ ਹੈ, ਉਹ ਸਰਕਾਰ ਨੂੰ ਹੀ ਕਹਿਣਾ ਹੈਗਾ ਨਾ। ਨਹੀਂ, ਤੁਹਾਡੇ ਪੜ੍ਹੇ ਲਿਖੇ ਲੋਕ ਹੋ, ਤੁਸੀਂ ਆਪਣਾ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹੋ, ਕੀ ਗੱਲ? ਤੁਸੀਂ ਪੜ੍ਹੇ ਲਿਖੇ ਲੋਕਾਂ ਨਾਲ ਇਹ ਹਾਲ ਹੋ ਰਿਹਾ। ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੂੰਗਾ ਸ਼੍ਰੀਪਾਲ ਜੀ, ਇਹ ਮੈਟਰ ਮਸਲਾ ਜਿਹੜਾ ਹੈਗਾ ਬਿਲਡਿੰਗ ਕਮੇਟੀ ਵਿੱਚ ਲੱਗਿਆ ਹੋਇਆ ਹੈ, ਜਿੱਥੇ ਕਿ 10 ਸਿਟਿੰਗ ਹਾਈ ਕੋਰਟ ਦੇ ਜੱਜ ਸਾਹਿਬਾਨ, ਜਿਹੜੀ ਹਾਈ ਪਾਵਰਡ ਕਮੇਟੀ, ਜਿਹੜੇ ਸਾਰੇ ਸਨਮਾਨ ਕਰਦੇ ਆ, ਸਰਕਾਰ ਨੂੰ ਵੀ ਉਹਨੂੰ ਮੰਨਣਾ ਪੈਂਦਾ ਹੈ, ਇਹ ਮਸਲਾ ਆਲਰੇਡੀ ਉੱਥੇ ਲੱਗਿਆ ਹੋਇਆ। ਬਟ ਮੈਂ ਤੁਹਾਨੂੰ ਅੱਜ, ਤੁਸੀਂ ਇਹ ਬੜਾ ਵਧੀਆ ਮਸਲਾ ਛੇੜਿਆ ਹੈਗਾ, ਔਰ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੂੰਗਾ, ਉਹ ਜਿਹੜੇ ਉੱਥੇ ਵੀ ਸਰਕਾਰ ਦਾ ਹੀ ਜਵਾਬ ਫਾਈਲ ਹੋਣਾ ਹੈਗਾ, ਔਰ ਪਿਛਲੀ ਕਈ ਤਰੀਕਾਂ ਤੋਂ ਸਰਕਾਰ ਜਿਹੜੀ ਹੈਗੀ ਹੈ ਕੋਈ ਜਵਾਬ ਨਹੀਂ ਫਾਈਲ ਕਰ ਰਹੀ ਹੈਗੀ। ਜਦ ਜਵਾਬ ਹੀ ਨਹੀਂ ਆਊਗਾ, ਉਹ ਮੈਟਰ ਡੈਫਰ ਹੋ ਜਾਂਦਾ ਹੈਗਾ। ਜਦ ਸਰਕਾਰ ਕਰਨਾ ਹੀ ਨਹੀਂ ਚਾਹੁੰਦੀ, ਫਿਰ ਇਹ ਮਸਲਾ ਹੱਲ ਨਹੀਂ ਹੋਊਗਾ। ਸੋ ਮੇਰੀ ਰਿਕੁਐਸਟ ਹੈਗੀ ਹੈ ਪ੍ਰਸ਼ਾਸਨ ਨੂੰ, ਸਭ ਤੋਂ ਪਹਿਲਾਂ ਤਾਂ ਡੀਸੀ ਸਾਹਿਬ ਨੂੰ, ਕਿ ਤੁਸੀਂ ਆਓ, ਬਾਹਰ ਨਿਕਲੋ, ਦੇਖੋ ਬਹੁਤ ਬੁਰਾ ਹਾਲ ਹੈ, ਇੱਥੇ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ। ਕੱਲ੍ਹ ਵੀ ਇੱਕ ਲੇਡੀ ਜਿਹੜੀ ਹੈਗੀ ਹੈ ਬੇਹੋਸ਼ ਹੋ ਗਈ, ਉਹਦੀ ਡੈਥ ਹੋਈ, ਕਿੱਥੋਂ ਜਾਣਾ ਸੀਗਾ, ਜਾਣ ਨੂੰ ਰਸਤਾ ਹੀ ਨਹੀਂ ਹੈਗਾ, ਪੂਰੀ ਕੋਰਟ ਕੰਪਲੈਕਸ 'ਚੋਂ ਕਿੱਥੋਂ ਲੈ ਕੇ ਜਾਓਗੇ, ਕਿੱਥੇ ਜਾਊਗੀ, ਐਂਬੂਲੈਂਸ ਬੁਲਾ ਕੇ ਉਹਨੂੰ ਬਾਹਰ ਭੇਜਣਾ ਪਿਆ ਸਾਨੂੰ, ਔਰ ਜਦੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ। ਚਲੋ ਠੀਕ ਹੈ ਚੇਤਨ ਜੀ, ਜਿੰਨੀਆਂ ਤੁਸੀਂ ਗੱਲਾਂ ਕੀਤੀਆਂ, ਫਿਰ ਆਪਾਂ ਦੇਖਦੇ ਹਾਂ, ਫਿਰ ਗੱਲ ਕਰਾਂਗੇ, ਕੁਛ ਸੁਧਾਰ ਹੁੰਦਾ ਜਾਂ ਨਹੀਂ ਹੁੰਦਾ, ਅਤੇ ਡੀ ਸੀ ਸਾਹਿਬ ਨੂੰ ਵੀ ਅਸੀਂ ਮਿਲਾਂਗੇ। ਧੰਨਵਾਦ। ਥੈਂਕ ਯੂ।